ਵਿਦੇਸ਼ ਦੀ ਧਰਤੀ ਤੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦਾ ਨਾਮ ਲਖਵਿੰਦਰ ਸਿੰਘ ਸੀ, ਜਿਸ ਦੀ ਸੜਕ ਹਾਦਸੇ ਦੇ ਵਿੱਚ ਜਾਨ ਗਈ ਹੈ। ਹਾਲਾਂਕਿ ਲਖਵਿੰਦਰ ਸਿੰਘ ਅਜੇ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ, ਪਰ ਹੁਣ ਉਸਦੀ ਮੌਤ ਦੀ ਖਬਰ ਪਰਿਵਾਰ ਨੂੰ ਮਿਲੀ ਹੈ, ਜਿਸ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਨੌਜਵਾਨ ਲਖਵਿੰਦਰ ਸਿੰਘ ਹੁਸ਼ਿਆਰਪੁਰ ਟਾਂਡਾ ਦੇ ਪਿੰਡ ਖਾਨਪੁਰ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ ਮਹਿਜ਼ 33 ਸਾਲ ਦੀ ਸੀ। ਜਾਣਕਾਰੀ ਦਿੰਦੇ ਹੋਏ ਲਖਵਿੰਦਰ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਸਦੇ 2 ਬੇਟੇ ਨੇ ਅਤੇ ਲਖਵਿੰਦਰ ਛੋਟਾ ਬੇਟਾ ਸੀ। ਲਖਵਿੰਦਰ ਸਿਰਫ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਅਤੇ ਉੱਥੇ ਨੌਨ ਫੂਡ LIC ਕੰਪਨੀ ਦੇ ਵਿੱਚ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ। ਲਖਵਿੰਦਰ ਆਪਣੇ ਕੰਮ ਤੋਂ ਵੀ ਬੇਹੱਦ ਖੁਸ਼ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਲਖਵਿੰਦਰ ਦੀ ਆਪਣੇ ਮਾਪਿਆਂ ਨਾਲ ਫੋਨ ਤੇ ਗੱਲ ਹੋਈ ਤੇ ਉਸਨੇ ਦੱਸਿਆ ਕਿ ਉਸਨੂੰ ਦੁਬਈ ਦੇ ਵਿੱਚ ਡਰਾਈਵਿੰਗ ਲਾਇਸੈਂਸ ਵੀ ਮਿਲ ਗਿਆ। ਇਸ ਗੱਲ ਦੇ ਨਾਲ ਪੂਰਾ ਪਰਿਵਾਰ ਬਹੁਤ ਖੁਸ਼ ਸੀ। ਪਰ 20 ਤਰੀਕ ਸ਼ਾਮ 6 ਵਜੇ ਜਦੋਂ ਲਖਵਿੰਦਰ ਦੀ ਮੌਤ ਦੀ ਖਬਰ ਸਾਹਮਣੇ ਆਈ ਤਾਂ ਸਾਰੀ ਖੁਸ਼ੀ ਮਾਤਮ ਦੇ ਵਿੱਚ ਬਦਲ ਗਈ। ਲਖਵਿੰਦਰ ਦੇ ਪਿਤਾ ਪ੍ਰਗਟ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਫੋਨ ਤੇ ਦੱਸਿਆ ਗਿਆ ਕਿ ਡਿਲੀਵਰੀ ਦਾ ਕੰਮ ਕਰਦੇ ਦੌਰਾਨ ਲਖਵਿੰਦਰ ਦਾ ਐਕਸੀਡੈਂਟ ਹੋ ਗਿਆ ਤੇ ਉਸਦੀ ਮੌਤ ਹੋ ਗਈ। ਪਰਿਵਾਰ ਨੇ ਹੁਣ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਲਖਵਿੰਦਰ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਅਤੇ ਉਸਦੇ ਪਾਰਥਿਕ ਸਰੀਰ ਨੂੰ ਪਿੰਡ ਖਾਨਪੁਰ ਪਹੁੰਚਾਇਆ ਜਾਵੇ ਤਾਂ ਜੋ ਪਰਿਵਾਰ ਰੀਤ ਰਿਵਾਜ਼ਾਂ ਦੇ ਨਾਲ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦੇ ਸਕਣ। ਗੜ ਸਿੰਘ ਭਗਤ ਸਿੰਘ ਜੀ, ਬੇਟੇ ਦਾ ਕੀ ਨਾਮ ਸੀ? ਲਖਵਿੰਦਰ ਸਿੰਘ। ਕਦੋਂ ਗਿਆ ਸੀ ਬੇਟਾ ਬਾਹਰਲੇ ਮੁਲਕ? 3 ਮਹੀਨੇ ਪਹਿਲਾਂ ਗਿਆ ਸੀ। ਕਿਹੜੇ ਦੇਸ਼ 'ਚ ਸੀ? ਦੁਬਈ। ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋ ਗਿਆ? ਸਾਨੂੰ ਕੱਲ੍ਹ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਕਿ ਉਸਦਾ ਐਕਸੀਡੈਂਟ ਹੋ ਗਿਆ। ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ, ਕਿਹਦੇ ਨਾਲ ਹੋਇਆ? ਇਹ ਕੋਈ ਪਤਾ ਨਹੀਂ ਲੱਗਾ ਜੀ ਅਜੇ ਤੱਕ। ਤੇ ਕਿੰਨੇ ਸਮੇਂ ਤੋਂ ਦੁਬਈ 'ਚ ਰਹਿ ਰਿਹਾ ਸੀ? ਇਹ 3 ਮਹੀਨੇ ਨਿਆ ਗਿਆ ਜੀ। ਫਿਲਹਾਲ ਹੁਣੇ ਭੇਜਿਆ ਸੀ? ਭੇਜਿਆ ਹੀ ਸੀਗਾ। ਤੇ ਤੁਹਾਨੂੰ ਕਦੋਂ ਪਤਾ ਲੱਗਾ, ਕਿਹਨੇ ਦੱਸਿਆ ਤੁਹਾਨੂੰ ਕਿ ਬੇਟੇ ਨਾਲ ਹਾਦਸਾ ਵਾਪਰ ਗਿਆ? ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸੀਗਾ, ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ 'ਚ ਦਵਾਈਆਂ ਦੀ, ਉਹਨੂੰ ਫੋਨ ਕੀਤਾ। ਉਹਨੇ ਉਹਦਾ ਨੰਬਰ ਉਹਦੇ ਲੈਪਟਾਪ 'ਚੋਂ ਮਿਲ ਗਿਆ ਉਹਨਾਂ ਨੂੰ, ਫਿਰ ਉਹਨੇ ਉਹਨੂੰ ਫੋਨ ਕੀਤਾ। ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਡੁਬਈ ਰਹਿੰਦਾ, ਉਹਨੂੰ ਫੋਨ ਕੀਤਾ ਵੀ ਕਲੀਅਰ ਕਰਕੇ ਦੱਸ ਸਾਨੂੰ। ਉਹ ਤੋਂ ਬਾਅਦ ਫਿਰ ਉਹਨੇ ਫੋਨ ਕਰਕੇ ਆਪਣੇ ਬ੍ਰਦਰ ਨੂੰ ਦੱਸਿਆ। ਉਹ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਾ ਵੀ ਉਹਨੇ ਫਿਰ ਇੱਥੇ ਪਿੰਡ ਨੂੰ ਫੋਨ ਕੀਤਾ। ਕਿੰਨੇ ਬੇਟੇ ਤੁਹਾਡੇ? ਮੇਰੇ 2 ਬੇਟੇ ਹੈ। ਛੋਟਾ ਸੀ ਵੱਡਾ? ਇਹ ਛੋਟਾ ਹੈ ਜੀ। ਤੁਸੀਂ ਕੀ ਕੇਂਦਰ ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ? ਸਾਡੀ ਸਰਕਾਰ ਦੀ ਉਹਦਾ ਇਨਕੁਆਇਰੀ ਕੀਤੀ ਜਾਵੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ, ਔਰ ਉਹਦੀ ਬੋਡੀ ਜਲਦੀ ਤੋਂ ਜਲਦੀ ਇੰਡੀਆ ਲਿਆਂਦੀ ਜਾਵੇ, ਜੋ ਅਸੀਂ ਉਸ ਕਰ ਸਹੀ ਸਲਾਮ ਦੇਖ ਸਕੀਏ, ਸੰਸਕਾਰ ਕਰੀਏ। ਮਾਤਾ ਜੀ, ਤੁਹਾਡੇ ਬੇਟੇ ਦਾ ਨਾਮ? ਲਖਵਿੰਦਰ ਸਿੰਘ। ਲਖਵਿੰਦਰ ਸਿੰਘ ਨਾਲ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ, ਕਦੋਂ ਹੋਈ, ਕਿੱਦਾਂ ਹੋਈ ਸੀ? ਮੇਰੀ ਲਖਵਿੰਦਰ ਸਿੰਘ ਨਾਲ ਵੀਰਵਾਰ ਗੱਲ ਹੋਈ ਸੀ, ਸਿਰਫ ਮੈਸੇਜ ਆਇਆ। ਉਹਨੂੰ ਮੈਂ ਮੈਸੇਜ ਕੀਤਾ ਵੀ ਤੂੰ ਕਿੱਥੇ ਆ, ਕਹਿੰਦਾ ਮੈਂ ਦੂਜੇ 'ਤੇ ਮੋਟਰਸਾਈਕਲ 'ਤੇ ਹਾਂ। ਪਹਿਲਾਂ ਜਾਂ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ, ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਲਾਇਸੈਂਸ ਬਣ ਗਿਆ। ਤਾਂ ਮੈਂ ਉਹਨੂੰ ਕਹਿੰਦੀ ਸੀ, ਮੈਂ ਕਿਹਾ ਪੁੱਤ ਤੈਨੂੰ ਹੈ ਨਾ ਦੂਜੇ ਦਫ਼ਤਰ 'ਚ ਤੂੰ ਨੌਕਰੀ ਕਰੇ। ਉਹ ਕਹਿੰਦਾ ਚੱਲ ਮੈਂ ਦਫ਼ਤਰ 'ਚ ਕਰ ਲਊਂਗੀ। ਮੈਂ ਚਾਹੁੰਦੀ ਸੀ ਵੀ ਉਹਦੀ ਦਫ਼ਤਰ 'ਚ ਜੋਬ ਲੱਗੇ ਮੋਟਰਸਾਈਕਲ 'ਤੇ ਨਾ। ਸਾਨੂੰ ਸਾਫ ਚਾਹੀਦਾ ਮੇਰੇ ਪੁੱਤ ਨੇ, ਬੋਡੀ ਸਾਡੇ ਕੋਲ ਆਵੇ, ਅਸੀਂ ਸੰਸਕਾਰ ਕਰ ਸਕੀਏ। ਸਾਡੀ ਇਹ ਆ ਵੀ ਜਿਹੜੀ ਹੈਗੀ ਆ ਦੁਬਈ ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਹਿਕੀਕਾਤ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ, ਅਤੇ ਜਿਹੜੀ ਬੋਡੀ ਹੈਗੀ ਆ ਉਹ ਸਰਕਾਰ ਜਿਹੜੀ ਆ
ਉਹ ਇੱਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ, ਪਰਿਵਾਰ ਦੀ ਸਹਾਇਤਾ ਕਰੇ। ਹਾਦਸਾ ਸੜਕ ਹਾਦਸਾ ਹੋਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ, ਕਿੱਦਾਂ ਹੋਇਆ। ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਵੀ ਐਕਸੀਡੈਂਟ ਹੋਇਆ, ਹੋਇਆ ਕਾਹਦੇ ਨਾਲ ਅਜੇ ਥੋੜ੍ਹੀ ਉਹ ਤਫਸੀਸ ਦੇ ਵਿੱਚ ਨਹੀਂ ਆਇਆ ਹੈਗਾ। ਅਤੇ ਉਹ ਸੋਮਵਾਰ ਨੂੰ ਜਿਹੜੀ ਹੈ ਸਾਨੂੰ ਫੋਨ ਕਰਕੇ ਪਤਾ ਕੀਤਾ, ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਆਪਣੀ ਰਿਪੋਰਟ ਦੇਵੇਗੀ, ਉਹ ਤੋਂ ਬਾਅਦ ਪਤਾ ਲੱਗੇਗਾ ਵੀ ਕੀ ਕੁਛ ਕਿਸ ਤਰ੍ਹਾਂ ਇਹ ਭਾਣਾ ਵਾਪਰਿਆ। ਕਿਸ਼ਨ ਜੀ, ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਆ? ਸਾਡੀ ਪਰਿਵਾਰ ਦੀ ਮੰਗ ਇਹੀ ਹੈ ਕਿ ਜੋ ਨੋਨ ਫੂਡ LIC ਕੰਪਨੀ ਵਿੱਚ ਕੰਮ ਇਹ ਕਰਦਾ ਸੀ ਦੁਬਈ ਦੀ, ਹਾਂਜੀ ਜੀ, ਦੁਬਈ ਵਿੱਚ ਕੰਮ ਕਰਦਾ ਸੀ, ਉਹ ਕੰਪਨੀ ਵੱਧ ਤੋਂ ਵੱਧ ਇਸ ਬੰਦੇ ਨੂੰ ਬੱਚੇ ਨੂੰ ਮੁਆਵਜ਼ਾ ਦੇਵੇ ਅਤੇ ਉਹਦੀ ਡੈੱਡ ਬੋਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪਹੁੰਚਾਈ ਜਾਵੇ, ਪਹੁੰਚਾਉਣ ਦੀ ਮਦਦ ਕਰੇ। ਦੁਬਈ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ, ਕਿਸ ਚੀਜ਼ ਦਾ ਕੰਮ ਸੀਗਾ? ਹਾਂਜੀ, ਨੋਨ ਫੂਡ LIC ਵਿੱਚ ਆਪਣੇ ਡਿਲੀਵਰੀ ਦੇ ਕੰਮ ਕਰਦੇ ਸੀ ਮੋਟਰਸਾਈਕਲ, ਜਦੋਂ ਹਾਦਸਾ ਹੋਇਆ। ਹਾਂਜੀ, ਮੋਰਨਿੰਗ ਟਾਈਮ ਆਪਣੇ ਕੰਮ 'ਤੇ ਨਿਕਲਿਆ ਸੀ।